ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਤੇ 2019 ਫਤਿਹ ਕਰਨ ਵਾਸਤੇ ਕਿਲਾਬੰਦੀ ਕੀਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਆਗੂ ਜਿਨ੍ਹਾਂ ਜਿਨ੍ਹਾਂ ਵੱਲੋਂ 2019 ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ 14 ਜ਼ਿਲ੍ਹਿਆਂ ਦੇ 28 ਪ੍ਰਧਾਨਾਂ ਨੂੰ ਕੱਲ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਲੁਧਿਆਣਾ ਦੇ ਪ੍ਰਧਾਨ ਅੱਜ ਮੈਂਬਰ ਪਾਲੀ ਮਰ ਰਵਨੀਤ ਬਿੱਟੂ ਦੇ ਘਰ ਉਹਨਾਂ ਨੂੰ ਮਿਲਣ ਵਾਸਤੇ ਆਏ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ लुधियाना दे आती तो सोनी गालब तो नार, नार, नु प्रधान बनाया गया कितनी बड़ी चुनौती ਤੁਹਾਡੇ ਦੇ ਰਹੇਗੀ ਕਿਉਂਕਿ ਲੋਕ ਸਭਾ ਚੋਣਾਂ ਵੀ ਨੇ ਤੇ ਮੂਲਾਪੁਰ ਦਾਖਾ ਦੇ ਇਲੈਕਸ਼ਨ ਵੀ ਜਲਦ ਹੋਣ ਵਾਲੇ ਨੇ ਅੱਜ ਜੋ ਨਿਯੁਕਤੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਔਰ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਜੀ ਨੇ ਸਾਡੇ ਤੇ ਸੌਂਪੀ ਹੈ ਅਸੀਂ ਯਕੀਨ ਦਿਵਾਉਣੇ ਕਿ ਤਨਦੇਹੀ ਨਾਲ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਨੂੰ ਦਿਹਾਤ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਪੂਰਾ ਮਜ਼ਬੂਤ ਕਰਾਂਗੇ ਮੇਰੇ ਕੋਲੇ ਮੈਂ ਪਹਿਲਾਂ ਤਾਂ ਸਭ ਦਾ ਧੰਨਵਾਦ ਵੀ ਕਰਦਾ ਨਾਲ ਮੈਂ ਇਹ ਭਰੋਸਾ ਦਵਾਉਣਾ ਕਿ ਮੇਰੇ ਪਿਤਾ ਜੀ ਦੇ ਸਮੇਂ ਤੋਂ ਹੀ ਮੈਂ ਕੰਮ ਕਰਦਾ ਰਿਹਾ ਹਾਂ ਲੋਕਾਂ ਦੇ ਵਿੱਚ ਜਾ ਕੇ ਕੋਈ ਅਗਰ ਦੁੱਖ ਤਕਲੀਫ ਹੈ ਜਾਂ ਕੋਈ ਹੋਰ ਮਜ਼ਬੂਤੀ ਦੇ ਲਈ ਕੰਮ ਕਰਨਾ ਦੀ ਲੋੜ ਪਵੇਗੀ ਹਰ ਵਕਤ ਹਰ ਵਰਕਰ ਦੇ ਨਾਲ ਅਸੀਂ ਹਮੇਸ਼ਾ ਖੜਾਂਗੇ ਕਾਂਗਰਸ ਛੱਡ ਕੇ ਤੁਸੀਂ ਅਕਾਲੀ ਦਲ ਜੁਆਇਨ ਕੀਤੇ ਸੀ 2000 ਨੋ ਦੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਅਗੇਂਸਟ ਖੜੇ ਹੋਈ ਸੀਗੇ ਤੁਹਾਡੇ ਫਾਦਰ ਸਾਹਿਬ ਕੀ ਕਹਿਣਾ ਚਾਹੋਗੇ ਹੁਣ ਕਿੰਨੀ ਕੋ ਵੱਡੀ ਚੁਣੌਤੀ ਰਹੇਗੀ ਤੁਹਾਡੇ ਵਾਸਤੇ ਕਿਉਂਕਿ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਕਾਫੀ ਹੈ ਤੇ ਤੁਹਾਡੇ ਨਾਮ ਨੂੰ ਲੈ ਕੇ ਕਾਫੀ ਆਬਜੈਕਸ਼ਨਾਂ ਚੱਕੀਆਂ ਜਾ ਰਹੀਆਂ ਮੈਂ ਅੱਜ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੂੰਗਾ ਕਿਉਂਕਿ ਮੇਰੇ ਪਿਤਾ ਜੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਮੈਂ ਸਿਰਫ ਇਹੀ ਭਰੋਸਾ ਦਿਵਾਉਂਗਾ ਕਿ ਐਜ਼ ਅ ਕਾਂਗਰਸ ਵਰਕਰ ਲੋਕਾਂ ਦੇ ਵਿੱਚ ਜਾ ਕੇ ਜੋ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਉਹ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਇਹ ਸੀਗੇ ਲੁਧਿਆਣਾ ਦੇ ਆਤੀ ਦੇ ਪ੍ਰਧਾਨ ਸੋਨੀ ਗਾਲਪ ਲੁਧਿਆਣਾ ਸ਼ਹਿਰੀ ਤੋਂ ਵੀ ਅਸ਼wini ਸ਼ਰਮਾ ਜੀ ਨੂੰ ਪ੍ਰਧਾਨ ਬਣਾਇਆ ਗਿਆ ਉਹ ਵੀ ਸਾਡੇ ਨਾਲ ਨੇ ਅਸ਼wini ਸ਼ਰਮਾ ਜੀ ਕੀ ਕਹਿਣਾ ਚਾਹੋਗੇ ਲੁਧਿਆਣਾ ਸ਼ਹਿਰੀ ਦੇ ਵਿੱਚ ਵਕ ਵਕ ਗੁੱਟ ਦੇਖਣ ਨੂੰ ਮਿਲ ਰਹੇ ਨੇ ਪਾਂਡੇ ਗੁੱਟ ਦੇਖਣ ਨੂੰ ਮਿਲਦਾ ਡਾਵਰ ਗੁੱਟ ਤੇ ਆਸ਼ੂ ਗੁੱਟ ਹੁਣ ਕਿੰਨੀ ਕੋ ਗੁੱਟਵਾਜੀ ਤੁਸੀਂ ਕੰਟਰੋਲ ਕਰ ਪਾਉਂਦੇ ਹੋ ਕਿਉਂਕਿ 2019 ਇਲੈਕਸ਼ਨ ਆ ਨੇੜੇ ਨੇ ਤੇ ਲੋਕ ਸਭਾ ਦੀਆਂ ਜਿਹੜੀਆਂ ਜਿਹੜੀ ਇਲੈਕਸ਼ਨ ਦੇ ਵਿੱਚ ਕਿੰਨੀ ਕੋ ਵੱਡੀ ਜਿੱਤ ਤੁਸੀਂ ਕਾਂਗਰਸ ਨੂੰ ਦਿਵਾ ਸਕਦੇ ਹੋ ਮੈਂ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਜੀ ਔਰ ਸਾਡੇ ਹਰਮਨ ਪਿਆਰੇ ਐਮਪੀ ਰੁਨੀਤ ਬਿੱਟੂ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਇੱਕ ਭਰੋਸਾ ਜਤਾਇਆ ਔਰ ਮੈਂ ਜਿਹੜੀ ਤੁਸੀਂ ਗੁੱਟਬਾਜੀ ਦੀ ਗੱਲ ਕਰ ਰਹੇ ਹੋ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਊਗਾ ਕਿ ਲੁਧਿਆਣਾ 'ਚ ਕੋਈ ਗੁੱਟਬਾਜੀ ਨਹੀਂ ਅਸੀਂ ਭਾਰੀ ਬਹੁਮਤ ਦੇ ਨਾਲ ਰੁਨੀਤ ਸਿੰਘ ਬਿੱਟੂ ਜੀ ਦੁਆਰਾ ਜਿੱਤ ਕੇ ਇੱਥੋਂ ਜਾਣਗੇ ਕਿਉਂਕਿ ਮੇਰੇ ਪਿਤਾ ਜੀ ਕਾਮਰੇਡ ਤਰਸੀਮ ਲਾਲ ਇੱਕ ਪੁਰਾਣੇ ਕਾਂਗਰਸ ਦੇ ਸਪਾਈ ਰਹੇ ਆ ਔਰ ਸ਼ਹੀਦ ਦੇ ਆਜਮ ਸਾਹਿਬ ਬਿਆਸ ਸਿੰਘ ਨਾਲ ਕੰਮ ਕੀਤਾ ਉਹਨਾਂ ਨੇ ਔਰ ਮੈਂ ਵੀ ਤੁਹਾਨੂੰ ਪਤਾ ਕਿ ਲਗਭਗ 35 37 ਸਾਲ ਤੋਂ ਕਾਂਗਰਸ ਦਾ ਇੱਕ ਵਰਕਰ ਆ ਅੱਜ ਇੱਕ ਵਰਕਰ ਦੇ ਉੱਤੇ ਮਾਣ ਇਹਨਾਂ ਨੇ ਟਰੋਸਾ ਕੀਤਾ ਵਾ ਔਰ ਮੈਨੂੰ ਆਪਣੇ ਵਰਕਰ ਸਾਥੀਆਂ ਦੇ ਵੀ ਆਸ ਆ ਕਿ ਉਹ ਮੇਰਾ ਉਸੇ ਤਰੀਕੇ ਨਾਲ ਦੇਣਗੇ ਵੀ ਇੱਕ ਵਰਕਰ ਦੀ ਕਦੀ ਪਿੱਠ ਨਹੀਂ ਲੱਗੂਗੀ ਕਾਂਗਰਸ ਪਾਰਟੀ ਛੋਟੀਆਂ ਮੋਟੀਆਂ ਜਿਹੜੀਆਂ ਤੁਸੀਂ ਗੁੱਟਬਾਈ ਦੀਆਂ ਗੱਲਾਂ ਕਰਦੇ ਆ ਇਹ ਬਿਲਕੁਲ ਆਉਣ ਵਾਲੇ ਦਿਨ ਤੁਹਾਨੂੰ ਪਤਾ ਲੱਜੂਗੀ ਲੁਧਿਆਣਾ ਵਿੱਚ ਕੋਈ ਗੁੱਟਬੰਦੀ ਨਹੀਂ ਇਹ ਬਿਲਕੁਲ ਆ ਦੋਨੋਂ ਪ੍ਰਧਾਨ ਜੀ ਜਿਨ੍ਹਾਂ ਦਾ ਸਾਫ ਚਾਹਨਾ ਕਿ ਕਾਂਗਰਸ ਦੇ ਕੋਈ ਗੁੱਟਬਾ ਜੀ ਨਹੀਂ ਗੱਲ ਕਰਦੇ ਆ ਮੈਂਬਰ ਪਾਰਲੀਮੈਂਟ ਰਵਨੇਸ਼ ਬਿੱਟੂ ਬਿੱਟੂ ਜੀ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਲੋਕ ਸਭਾ ਚੋਣਾਂ ਨੇੜੇ ਆ ਉਸ ਨੂੰ ਲੈ ਕੇ ਵਿਰੋਧ ਬੰਦੀ ਕੀਤੀ ਗਈ ਆ ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੂਗੀ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਜੇ ਪਾਰਟੀ ਤੁਹਾਨੂੰ ਇੱਕ ਵਾਰ ਫਿਰ ਤੋਂ ਚੋਣ ਲੁਧਿਆਣਾ ਤੋਂ ਲੜਾਉਂਦੀ ਆ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਆ ਇਹ ਖਾਸ ਤੌਰ ਤੇ ਕਿਉਂਕਿ ਸਾਡੀ ਸਰਕਾਰ ਕਾਂਗਰਸ ਪਾਰਟੀ ਦੀ ਆ ਹਰੇਕ ਨੇ ਕਿਉਂਕਿ ਰਾਹੁਲ ਗਾਂਧੀ ਜੀ ਨੇ ਇਹ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੱਲ ਕਰਕੇ ਵੀ ਵਰਕਰ ਨੇ ਜਿਹੜੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਕੰਮ ਕੀਤਾ ਏ ਮਿਹਨਤ ਕੀਤੀ ਆ ਉਹਨਾਂ ਨੂੰ ਵੱਡੇ ਅਹੁਦੇ ਆ ਜਿਹੜੇ ਸਰਕਾਰ 'ਚ ਦਿੱਤੇ ਜਾਣ ਤੇ ਖਾਸ ਤੌਰ ਤੇ ਜਿਹੜੇ ਪਹਿਲੇ ਪ੍ਰਧਾਨ ਨੇ ਸਾਡੇ ਉਹਨਾਂ ਨੇ ਮਿਹਨਤ ਕੀਤੀ ਤੁਹਾਨੂੰ ਪਤਾ 10 ਸਾਲ ਸੰਘਰਸ਼ ਕਰਦੇ ਇਹ ਪਾਰਟੀ ਕਾਂਗਰਸ ਪਾਰਟੀ ਨੇ 10 ਸਾਲ ਕਾਲੀ ਬੀਜੇਪੀ ਨਾਲ ਲੜਾਈ ਲੜੀ ਆ ਤੇ ਉਹ ਜਿਹੜਿਆਂ ਨੇ ਪਹਿਲਾਂ ਨੇ ਕੰਮ ਕੀਤਾ ਏ ਉਹ ਇਸ ਵੇਲੇ ਵੱਡੇ ਅਹੁਦਿਆਂ ਤੇ ਚੇਅਰਮੈਨੀਆਂ 'ਚ ਹੋਰ ਕਾਂਗਰਸ ਪਾਰਟੀ ਦੀ ਜਿਹੜੇ ਸਰਕਾਰ ਦੇ ਵਿੱਚ ਵੱਡੀਆਂ ਅਹੁਦੇਦਾਰੀਆਂ ਐ ਉਹ ਉਹਨਾਂ ਨੂੰ ਦੀਨ جاری ਹੈ ਤੇ ਇੱਕ ਨਵੀਂ ਊਰਜਾ ਕਿਸ ਤਰੀਕੇ ਨਾਲ ਜਿਹੜੀ ਉਹ ਪਾਰਟੀ ਕੇਡਰ ਚ ਆਏ ਕਿਉਂਕਿ ਇਹ ਵੀ ਉਹ ਲੋਕ ਨੇ ਜਿਨ੍ਹਾਂ ਨੇ ਲਗਾਤਾਰ ਪਾਰਟੀ ਲਈ 10 ਸਾਲ ਕੰਮ ਕੀਤਾ ਤੇ ਲਗਾਤਾਰ ਇਹਨਾਂ ਦਾ ਜਿਹੜਾ ਮਿਹਨਤ ਉਹ ਹਾਈ ਕਮਾਂਡ ਨੇ ਪਾਰਟੀ ਹਾਈ ਕਮਾਂਡ ਨੇ ਲਗਾਤਾਰ ਉਹ ਨੋਟਿਸ ਕੀਤੀ ਤੇ ਦੋਨੋਂ ਨੌਜਵਾਨਾਂ ਨੂੰ ਪਾਰਟੀ ਪ੍ਰਤੀ ਕੰਮ ਦੇਖਦੇ ਹੋਏ ਪਾਰਟੀ ਪ੍ਰਤੀ ਮਿਹਨਤ ਦੇਖਦੇ ਹੋਏ ਉਹਨਾਂ ਨੂੰ ਦੋਨਾਂ ਨੂੰ ਇਹ ਜਿਹੜੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇ ਸ਼ਹਿਰੀ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਸਮਝਦਾ ਲੁਧਿਆਣੇ ਦੇ ਵਿੱਚ ਕਾਂਗਰਸ ਪਾਰਟੀ ਇੱਕ ਪਿੱਲਰ ਥੱਲੇ ਇੱਕ ਛੱਤ ਥੱਲੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਸੁਨੀਲ ਜਾਖੜ ਜੀ ਤੇ ਉੱਤੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਇਕਾ ਤੇ ਬਹੁਤ ਵਧੀਆ ਰਿਜ਼ਲਟ ਆ ਜਿਹੜਾ ਸਾਡਾ ਵਿਧਾਨ ਸਭਾ ਦੇ ਵਿੱਚ ਆਇਆ ਉਦੋਂ ਮਿਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ ਸਾਰਿਆਂ ਨੇ ਮਿਹਨਤ ਕੀਤੀ ਅਸੀਂ ਮੇਅਰ ਬਣਾਇਆ ਅੱਜ ਅਸੀਂ ਤੁਹਾਨੂੰ ਪਤਾ ਬਲੌਕ ਸੰਤੀਆਂ ਜ਼ਿਲ੍ਹਾ ਪ੍ਰਸ਼ਾਸਕ ਸਰਪੰਚਾਂ ਨੂੰ ਸੌਂਚ ਕਾਉਣ ਜਾ ਰਹੇ ਆ ਰਿਕਾਰਡ ਤੋੜ ਜਿੱਤ ਹੈ ਜਿਹੜੀ ਉਹ ਸਾਡੀ ਦਿਹਾੜ ਚ ਨਿਕਲ ਕੇ ਆਈ ਤੇ ਇਸ ਕਰਕੇ ਕਾਂਗਰਸ ਤਾਂ ਇੰਨੀ ਮਜ਼ਬੂਤ ਲੁਧਿਆਣੇ ਦੇ ਵਿੱਚ ਆ ਮੈਂ ਸਮਝਦਾ ਜਿਹੜੀ ਕਦੇ ਨਹੀਂ ਰਹੀ ਤੇ ਆ ਜਿਹੜੀਆਂ ਖਾਸ ਤੌਰ ਤੇ ਨਿਯੁਕਤੀਆਂ ਹੋਈਆਂ ਇਹਦੇ ਨਾਲ ਫਿਰ ਇੱਕ ਹੋਰ ਸਰਗਰਮੀ ਨਾਲ 2019 ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਪਾਰਟੀ ਵੱਲੋਂ ਟਿਕਟਾਂ ਦਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਕਿ ਪਿਛਲੇ ਦਿਨ ਜਦੋਂ ਕੈਪਟਨ ਮਹਿੰਦਰ ਸਿੰਘ ਰਾਹੁਲ ਗਾਂਧੀ ਨੂੰ ਮਿਲੇ ਨੇ ਤੇ ਜਿਹੜੇ ਸੀਟਿੰਗ ਐਮਪੀ ਨੇ ਉਹਨਾਂ ਨੂੰ ਦੁਬਾਰਾ ਟਿਕਟ ਦੇਣ ਦੀ ਗੱਲਬਾਤ ਕੀਤੀ ਜਾ ਰਹੀ ਆ ਤੁਹਾਡੇ ਵੱਲ ਤੁਹਾਨੂੰ ਕੋਈ ਦੇਖੋ ਇਹ ਤਾਂ ਪਾਰਟੀ ਦੇ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ ਉਹ ਟਾਈਮ ਲਈ ਜਿਹੜਾ ਹੈ ਉਹ ਸਾਰਿਆਂ ਤੁਹਾਨੂੰ ਪਤਾ ਕੁਝ 1.5 ਮਹੀਨਾ ਪਹਿਲਾਂ ਜਿਹੜਾ ਪਾਰਟੀ ਉਹ ਟਿਕਟ ਦਿੱਤੀ ਜਾਂਦੀ ਹੈ ਜਦੋਂ ਇਲੈਕਸ਼ਨ ਅਨਾਉਂਸ ਹੁੰਦੀਆਂ ਅਸਲੀ ਤਾਂ ਜਦੋਂ ਇਲੈਕਸ਼ਨ ਦੀ ਡੇਟ ਅਨਾਉਂਸ ਹੋਏਗੀ ਉਦੋਂ ਹੀ ਜਿਹੜਾ ਪਾਰਟੀ ਆਪਣੇ ਆਪਣੇ ਕੈਂਡੀਡੇਟ ਹੈ ਜਿਹੜੀ ਉਹ ਡਿਕਲੇਅਰ ਕਰਦੀ ਹੈ ਤੇ ਇਸ ਕਰਕੇ ਬਹੁਤ ਮਜ਼ਬੂਤੀ ਨਾਲ ਅਸਲੀ ਲੁਧਿਆਣੇ 'ਚ ਲੱਗੇ ਹੋਏ ਆ ਤੇ ਉਹ ਮਜ਼ਬੂਤੀ ਹੈ ਜਿਹੜੀ ਤੁਹਾਨੂੰ 2019 ਦੇ ਵਿੱਚ ਵੀ ਹੈ ਜਿਹੜੀ ਉਹ ਇਲੈਕਸ਼ਨਾਂ 'ਚ ਦਿਖੇਗੀ ਮਜਬੂਤੀ ਦੀ ਗੱਲ ਕਰੀਓ ਮਨੀਸ਼ ਤਵਾਰੀ ਦੀ ਦਾਵੇਦਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਤੋਂ ਲੋਕ ਸਭਾ ਚੋਣਾਂਾਂ ਦੇ ਵਿੱਚ ਇਹ ਕੈਂਡੀਡੇਟ ਕਾਂਗਰਸ ਦੇਖੋ ਇਹਦੇ ਬਾਰੇ ਮੈਂ ਥੋੜੀ ਕੁਝ ਕਹਿ ਸਕਦਾ ਮੈਂ ਤਾਂ ਆਪ ਉਹਦਾ ਮੈਂਬਰ ਪਾਰਲੀਮੈਂਟ ਮੈਂ ਤਾਂ ਪਾਰਟੀ ਹਾਈ ਕਮਾਂਡ ਦੇ ਹੁਕਮ ਦੇ ਉੱਤੇ ਜੋ ਉਹਨਾਂ ਦਾ ਹੁਕਮ ਹੋਣਾ ਹੈ ਉਹ ਵਜਾਉਣਾ ਹੈ ਤੇ ਇਸ ਕਰਕੇ ਮੈਂ ਥੋੜੀ ਕੁਝ ਇਸ ਦੀ ਗੱਲ ਕਰ ਸਕਦਾ ਇਹ ਬਿਲਕੁਲ ਐਸੀ ਕਿ ਮੈਂਬਰ ਪਾਰਲੀਮੈਂਟ ਰਵਨੀਤ ਬਟੂ ਜਿਨ੍ਹਾਂ ਵੱਲੋਂ ਅੱਜ ਨਵੇਂ ਪ੍ਰਧਾਨ ਜਿਹੜੇ ਨਿਯੁਕਤ ਕੀਤੇ ਗਏ ਉਹਨਾਂ ਨੂੰ ਧੰਨਵਾਦ ਉਹਨਾਂ ਦਾ ਕੀਤਾ ਜਾ ਰਿਹਾ ਪਾਰਟੀ ਦਾ ਤੇ ਉਹਨਾਂ ਨੂੰ ਮੂਹ ਮਿੱਠਾ ਕਰਾਇਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੱਟਬਾਜ਼ੀ ਨਹੀਂ ਹੈ ਪਰ ਕਾਂਗਰਸ ਹਮੇਸ਼ਾ ਹੀ ਜੇ ਚੋਣਾਂਾਂ ਦੇ ਨੇੜੇ ਗੁੱਟਬਾਜ਼ੀ ਦਾ ਸ਼ਿਕਾਰ ਹੁੰਦੀ ਰਹੀ ਹੈ ਦੇਖਣਾ ਇਹ ਹੋਵੇਗਾ ਕਿ 2019 ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਆਪਣਾ ਜੋ ਸੁਨੇਹਾ ਹੈਗਾ ਉਹਨੂੰ ਪਹੁੰਚਾਉਂਦੀ ਹੈ ਤੇ ਲੋਕ ਸਭਾ ਚੋਣਾਂਾਂ ਦੇ ਵਿੱਚ ਆਪਣੀ ਵਿਰ